ਬਿਸਮ ਅੱਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਮੇਰੇ ਬੈਨ ਬਾਈ ਅੱਲਾ ਤੁਹਾਨੂੰ ਖੁਸ਼ ਰੱਖੇ ਸ਼ਾਦੋ ਬਾਦ ਰੱਖੇ ਤੁਹਾਡਾ ਆਪਣਾ ਚੈਨਲ ਮਨੀਰਾ ਆਪੀ ਫੈਮਿਲੀ ਲੋਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੁਣ ਸਬਸਕ੍ਰਾਈਬ ਕਰੋ ਜੇ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਸਾਡੀ ਹਰ ਵੀਡੀਓ ਨੋਟੀਫਿਕੇਸ਼ਨ ਮੇਰੇ ਬੈਨ ਬਾਈਆਂ ਤੱਕ ਬਰ ਵਕਤ ਪਹੁੰਚਦਾ ਰਹੇ। ਅੱਛਾ ਜੀ, ਅੱਜ ਦੀ ਵੀਡੀਓ ਕੁਛ ਇਸ ਤਰ੍ਹਾਂ ਦੀ ਆ ਵੀ ਅਲਹਮਦੁਲਿਲਾ ਸਾਰੇ ਮਾਸ਼ਾਅੱਲਾ ਤਿਆਰ ਹੋ ਚੁੱਕੇ ਆ, ਮੈਂ ਵੀ ਤਿਆਰ ਹੋ ਗਈ ਹਾਂ ਅਤੇ ਸਾਰੇ ਤਿਆਰ ਹੋ ਗਏ ਆ, ਉਜ਼ਮਾ ਵੀ ਅਤੇ ਸਾਜਦਾ ਭੈਣ ਵੀ ਆਪਦਾ ਵੀ ਸਭ ਤਿਆਰ ਹੋ ਚੁੱਕੇ ਆ। ਅੱਜ ਵਲੀਮਾ ਵਲੀਮਿਆਂ ਦਾ ਅੱਜ ਜਿਹੜਾ ਵਲੀਮਾ ਖਾ ਕੇ ਇਨਸ਼ਾਅੱਲਾ ਅਸੀਂ ਫਿਰ ਕੱਲ੍ਹ ਨੂੰ ਆਪਣੇ ਘਰ ਨੂੰ ਚੱਲ ਜਾਵਾਂਗੇ। ਅੱਲਾ ਤਾਲਾ ਸਭ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਆਪਣੇ ਜ਼ਮਾਨ 'ਚ ਰੱਖੇ। ਆਮੀਨ ਆਮੀਨ ਸੁਮਾਮੀਨ। ਅਤੇ ਅੱਛਾ ਜੀ, ਦੂਸਰਾ ਨਾ ਹੁਣ ਸਭ ਮਹਿਮਾਨ ਇਕੱਠੇ ਹੋ ਚੁੱਕੇ ਆ, ਫੈਸਲਾਬਾਦ ਵਾਲੇ ਮਹਿਮਾਨ ਵੀ ਆ ਗਏ ਆ, ਜਿੱਥੇ ਦੂਰ ਲਿਆਂਦੀ ਆ ਵਿਆਹ ਕੇ ਅਤੇ ਉਹ ਵੀ ਆ ਚੁੱਕੇ ਆ। ਅਤੇ ਹੁਣ ਸਭ ਅਸੀਂ ਮਿਲ ਕੇ ਜਾ ਕੇ ਵਲੀਮਾ ਖਾਣ ਜਾਂਦੇ ਹਾਂ, ਕਹਿਵਾਜ਼ਾ ਮਾਰ ਰਹੇ, ਬਾਹਰ ਵੀ ਵਲੀਮਾ ਆ ਕੇ ਖਾਣਾ ਬਣ ਕੇ ਤਿਆਰ ਹੋ ਗਿਆ, ਅਤੇ ਤੁਸੀਂ ਵੀ ਆ ਜਾਓ। ਅਤੇ ਇਨਸ਼ਾਅੱਲਾ ਅਸੀਂ ਫਿਰ ਹੁਣ ਜਾਂਦੇ ਅਤੇ ਜਾ ਕੇ ਫਿਰ ਖਾਣਾ ਖਾਂਦੇ, ਅਤੇ ਜੋ ਅਗਲਾ ਸੀਨ ਹੋਇਆ ਤਾਂ ਇਨਸ਼ਾਅੱਲਾ ਅਸੀਂ ਆਪਣੇ ਭੈਣ ਭਾਈਆਂ ਦੇ ਨਾਲ ਜ਼ਰੂਰ ਸ਼ੇਅਰ ਕਰਦੇ ਰਹਾਂਗੇ। ਅੱਛਾ ਜੀ, ਵਲੀਮੇ ਦੀ ਤਿਆਰੀ ਸ਼ੁਰੂ ਹੈ ਗਈ, ਮਾਸ਼ਾਅੱਲਾ ਟੈਂਟ ਲਾ ਰਹੇ ਆ ਜਿਵੇਂ ਮੁਕੰਮਲ ਫਾਈਨਲ ਏਰੀ ਲੋਕੋ ਹੀ, ਫਿਰ ਅਸੀਂ ਆਪਣੇ ਭੈਣ ਭਰਾ ਸ਼ੇਅਰ ਕਰਾਂਗੇ ਕਿਉਂਕਿ ਸਮਾਨ ਲੈ ਕੇ ਸੁਬਾਹ ਆ ਗਏ ਅਤੇ ਸੁਬਾਹ ਦੇ ਬਾਈ ਲੱਗੇ ਹੋਏ ਟੈਂਟ ਲਾਉਣ ਵਾਸਤੇ। ਇਹ ਹੈਗਾ ਜੀ ਪਿੰਡ ਦਾ ਵਲੀਮਾ, ਮੈਂ ਕਿ ਦੇ ਵਿੱਚ ਨਹੀਂ, ਹਾਲ ਦੇ ਵਿੱਚ ਨਹੀਂ, ਇਹ ਘਰ ਦੇ ਵਿੱਚ ਇੰਤਜ਼ਾਮ ਕਰਨ ਲੱਗੇ ਅਤੇ ਜੋ ਜੋ ਅਗਲਾ ਸਟੇਟਸ ਹੋਇਆ ਅਸੀਂ ਆਪਣੇ ਭੈਣ ਭਰਾ ਜ਼ਰੂਰ ਸ਼ੇਅਰ ਕਰਾਂਗੇ। ਜਿਵੇਂ ਫਾਈਨਲ ਲੋਕਾਂ ਦੀ ਤਿਆਰ ਕਰ ਲੈਂਦੇ ਇਸ ਨੂੰ, ਫਿਰ ਅਸੀਂ ਆਪਣੇ ਭੈਣ ਭਰਾ ਇਹ ਵੀ ਦਿਖਾਵਾਂਗੇ। ਅੱਛਾ ਜੀ, ਦੇਗਾਂ ਦਾ ਸਮਾਨ ਵੀ ਤਿਆਰ ਹੋ ਗਿਆ ਮਾਸ਼ਾਅੱਲਾ, ਵਲੀਮੇ ਦੀਆਂ ਤਿਆਰੀਆਂ ਹੋ ਰਹੀਆਂ ਹੈਗੀਆਂ। ਜਿਵੇਂ ਜਿਵੇਂ ਪੱਕਣਗੀਆਂ ਫਿਰ ਅਸੀਂ ਵੀ ਆਪਣੇ ਭੈਣ ਭਰਾ ਵਿੱਚ ਸ਼ੇਅਰ ਕਰਾਂਗੇ। ਮਾਸ਼ਾਅੱਲਾ ਜੀ, ਦੇਗਾਂ ਤਿਆਰ ਹੋਣ ਡੀਆਂ ਹੀ ਆ ਅਤੇ ਨੂਰ ਫਾ ਵਾਲੇਕੁਮ ਸਲਾਮ, ਅਤੇ ਨੂਰ ਫਾਤਮਾ ਤਿਆਰ ਹੋ ਗਿਆ ਗੀ। ਮੈਂ ਕਿਹਾ ਭੱਜ ਗਏ ਭੱਜ ਗਏ, ਮੈਂ ਨਾ ਵੀਡੀਓ 'ਤੇ ਟੋਟਾ ਪਵਾਈ। ਹੁਣ ਵਲੀਮੇ ਵਾਸਤੇ ਤਿਆਰ ਹੋ ਗਈ, ਵਲੀਮਾ ਖਾਣ ਵਾਸਤੇ ਬੋਟੀਆਂ ਵੀ ਖਾਣੀਆਂ ਕਿ ਨਹੀਂ, ਕਿਆ ਨੂਰ ਫਾਤਮਾ ਹੈ ਨਹੀਂ ਖਾਣੀਆਂ, ਖਾਣੀਆਂ ਕਿੰਨੀਆਂ ਖਾਏਗੀ ਹੈਂ, ਹੱਸੀ ਜਾਣਾ ਇਹ ਨਾ ਹੋਵੇ ਉੱਥੇ, ਫਿਰ ਉਦੋਂ ਵੀ ਹੱਸੀ ਜਾਵੇਂ ਤੂੰ ਹੈਂ, ਕਿਆ ਨੂਰ ਫਾਤਮਾ ਬੋਟੀਆਂ ਖਾਣ ਕੇ ਹੱਸਣਾ ਨਹੀਂ, ਬੋਟੀਆਂ ਖਾਣੀਆਂ, ਬੋਟੀ ਜਿਹੜੀ ਦੁਆ ਵਾ। ਚਲੋ ਮਾਸ਼ਾਅੱਲਾ, ਬਾਕੀ ਵੀ ਤਿਆਰ ਹੋ ਗਈਆਂ, ਨਾਦੇ ਛੋਣੀ ਮਹਾਮੋਣੀ ਮਾਮ ਤਿਆਰ ਹੋਣ ਡਈ। ਚਲੋ ਅੱਛਾ ਠੀਕ ਆ, ਚਲ ਠੀਕ ਆ ਫਿਰ, ਅੱਲਾ ਖੈਰ ਕਰੇ। ਹਾਂਜੀ, ਬੱਚੇ ਤਿਆਰ ਹੋਈ ਜਾਂਦੇ ਮਾਸ਼ਾਅੱਲਾ, ਜਿਉਂ ਹੀ ਖਾਣਾ ਪੱਕਦਾ ਅਤੇ ਫਿਰ ਖਾਣੇ ਦੀ ਤਿਆਰੀ ਕਰਾਉਂਦੇ ਹੈਗੇ ਅਤੇ ਮਹਿਮਾਨਾਂ ਨੂੰ ਫਿਰ ਵਲੀਮੇ ਦੀ ਤਿਆਰੀ ਕਰਾ ਕੇ ਅਤੇ ਵਲੀਮਾ ਖਾਂਦੇ ਹਾਂ। ਮਾਸ਼ਾਅੱਲਾ ਮਾਸ਼ਾਅੱਲਾ ਜੀ ਮਾਸ਼ਾਅੱਲਾ, ਦੇਗਾਂ ਵੀ ਤਿਆਰ ਹੋਈ ਜਾਂਦੀਆਂ, ਜਿਵੇਂ ਫਿਰ ਦੇਗਾਂ ਤਿਆਰ ਹੋ ਗਈਆਂ ਅਸੀਂ ਆਪਣੇ ਭੈਣ ਭਰਾਵਾਂ ਵੀ ਸ਼ੇਅਰ ਕਰਾਂਗੇ। ਅੱਛਾ ਜੀ, ਹੈਗਾ ਸਾਡਾ ਚਾਚਾ, ਮੈਂ ਕਿ ਤੈਬਾ ਦਾ ਚਾਚਾ ਸਾਰਾ, ਅਤੇ ਇਹ ਪੁਰਾਣੇ ਦੌਰ ਦਾ ਦੇਖੋ ਹੁੱਕਾ ਰੱਖਿਆ ਇਹਨਾਂ ਨੇ, ਅਤੇ ਹੁੱਕਾ ਪੀ ਰਹੇ ਹੈਗੇ ਅਤੇ ਇੱਧਰ ਰਾਜਾ ਦੇਗਾਂ ਦੇਗਾਂ ਪਕਾ ਰਿਹਾ ਹੈਗਾ। ਇਹ ਕਿਹੜੀ ਚੀਜ਼ ਆ ਬਾਈ ਰੱਖ ਦਿੱਤੀ? ਚਾਵਲਾਂ ਦਾ ਪਾਣੀ। ਅੱਛਾ, ਚਾਵਲਾਂ ਦਾ ਪਾਣੀ, ਮਾਸ਼ਾਅੱਲਾ। ਅਤੇ ਕੁਛ ਜੀ ਪੱਕ ਗਿਆ ਜੀ, ਚਾਹ ਦਾ ਦੁੱਧ ਜੀ, ਚਾਏ ਵਾਲਾ ਦੁੱਧ ਜੀ ਤਿਆਰ ਹੋਏਗਾ, ਫਿਰ ਅਸੀਂ ਆਪਣੇ ਭੈਣਾਂ ਨੂੰ ਸ਼ੇਅਰ ਕਰਾਂਗੇ। ਚਾਵਲ ਤਿਆਰ ਹੋ ਗਏ, ਜ਼ਰਦਾ ਤਿਆਰ ਹੋ ਗਿਆ,
ਅੱਛਾ ਜੀ, ਇਹ ਦੋਵੇਂ ਭਰਾ ਬੈਠੇ ਹੈਗੇ, ਇਹ ਹੈਗੇ ਦੋਵੇਂ ਹੀ ਚਾਚੇ ਤਾਇਆਂ ਦੇ, ਅਤੇ ਦੋਨੋਂ ਹੀ ਹਮ ਉਮਰ ਆ ਇਸ ਰਹੇ ਚਾਚੂ ਜੀ? ਬਿਲਕੁਲ, ਅਸੀਂ ਦੋਵੇਂ 51 ਸਾਲ, ਦੋਵੇਂ 51 ਸਾਲ, ਅਤੇ 51 ਸਾਲ ਬਿਲਕੁਲ ਚਿੱਟਾ ਸਫੈਦ ਅਤੇ 51 ਸਾਲ ਕਾਲਾ ਸ਼ਾਹ। ਮਾਸ਼ਾਅੱਲਾ ਮਾਸ਼ਾਅੱਲਾ, ਅੱਲਾਹ ਤਾਲਾ ਇੱਦਾਂ ਹੀ ਤਫੀਕ ਸਲੂਕ ਅਤੇ ਤਫਾਕ ਦੇਵੇ। ਅੱਛਾ ਜੀ, ਮਾਸ਼ਾਅੱਲਾ ਟੈਂਟ ਮਾਸ਼ਾਅੱਲਾ ਸਾਰੇ ਲੱਗ ਚੁੱਕੇ ਹੈਗੇ, ਟੇਬਲ ਵੀ ਲੱਗ ਗਏ, ਕੁਰਸੀਆਂ ਵੀ, ਅਤੇ ਖਾਣਾ ਖਾਣਾ ਵੀ ਮਾਸ਼ਾਅੱਲਾ ਤਿਆਰ ਹੋ ਰਿਹਾ ਹੈਗਾ, ਅਤੇ ਮਾਸ਼ਾਅੱਲਾ ਜ਼ਬਰਦਸਤ ਲੁੱਕ। ਹਾਂਜੀ ਉਸਤਾਦ ਜੀ, ਕਿੰਨੀ ਕਿੰਨੀ ਕੁ ਸੈਟਿੰਗ ਰਹਿ ਗਈ ਇਹਦੀ? ਬਸ ਕਲੀਅਰ ਹੋ ਗਈ, ਪਲੇਟਾਂ ਲਾ ਰਹੇ ਹਾਂ, ਪਲੇਟਾਂ ਲਾ ਰਹੇ ਹਾਂ, ਚਲੋ ਮਾਸ਼ਾਅੱਲਾ, ਜਗ ਗਲਾਸ ਲਾਣੇ, ਗਲਾਸ ਲੱਗੇ ਪਿਆ ਜਗ। ਹਾਂਜੀ, ਤਾਂ ਦੇਖ ਲਿਆ ਸੀ ਮਾਸ਼ਾਅੱਲਾ। ਹਾਂਜੀ, ਹੋਰ ਸੈਟਿੰਗ ਦੇ ਕੋਨੇ ਇਹਨਾਂ ਦੀ? ਬਸ ਓਕੇ ਹੋ ਗਈ, ਹੋਰ ਇਹਨਾਂ ਦੀ ਸੈਟਿੰਗ ਹੋਣੀ, ਇੱਕ ਸਟੇਜ ਵਾਲਾ ਲੈਣਾ, ਬਰਤਨ ਨਾਲ ਲੈਣਾ, ਸਟੇਜ ਵਾਲਾ ਲੈ ਕੇ ਆਉਣਾ, ਹਾਂ ਸੁਬਹ ਲੈ ਕੇ ਆ ਕੇ ਫਿਰ ਕਲੀਅਰ ਹੋ। ਅੱਛਾ, ਫਿਰ ਕਲੀਅਰ ਹੋਣੀ ਹੈ, ਚਲੋ ਫਿਰ ਦਿਖਾਉਂਦੇ ਆ ਸਿਰੇ। ਅਸਲਾਮੁਅਲੈਕੁਮ। ਅੱਛਾ ਜੀ, ਮਾਹਮ ਨਾਇਆ ਫਾਤਮਾ ਅਤੇ ਜ਼ੁਲਕਰਨੈਨ ਤਿੰਨੋਂ ਤਿਆਰ ਹੋ ਗਏ, ਕਿੱਥੇ ਜਾ ਰਹੇ ਬਈ? ਕੀ ਲੈਣ? ਚੀਜ਼ ਲਿਖਾਈ ਜਾਣੀ ਅੱਜ? ਹੈਂ, ਅੱਜ ਆਖਰੀ ਦੇਣਾ, ਸੁਬਹ ਕੀ ਚਲ ਜਾਣਾ, ਸੁਬਹ ਘਰ ਨੂੰ ਚਲ ਜਾਣਾ। ਨਾਇਆ ਫਾਤਮਾ, ਅੱਬੂ ਕਿੱਥੇ ਆ? ਇੱਧਰ ਅੱਬੂ ਕਿੱਥੇ, ਅੱਬੂ ਕਿੱਥੇ? ਚਲੋ ਮਾਸ਼ ਲਿਆਓ ਜਾ ਕੇ, ਮਾਸ਼ਾਅੱਲਾ ਚੀਜ਼ ਲਿਆਓ, ਨਾਇਆ ਫਾਤਮਾ ਲੈ ਦਿਓ, ਇਹਦੇ ਕੱਪੜੇ ਨਾ ਖਰਾਬ ਕਰਿਓ, ਠੀਕ ਹੈ ਨਾ? ਅੱਛਾ ਜੀ, ਖਾਣਾ ਲੱਗ ਚੁੱਕਾ ਹੈਗਾ, ਫਿਰ ਚਾਵਲ ਹੀ ਆਏ ਹੈਗੇ, ਅਤੇ ਜਿਹੜਾ ਬਾਕੀ ਖਾਣਾ ਆਏਗਾ ਫਿਰ ਉਹ ਵੀ ਅਸੀਂ ਆਪਣੇ ਭੈਣ ਭਰਾ ਸ਼ੇਅਰ ਕਰਾਂਗੇ। ਅਤੇ ਸਾਡੇ ਭੈਣ ਭਰਾ ਜੀ ਨੇ ਖਾਣਾ ਖਾਣਾ ਤਿਆਰ ਜੋ, ਬਿਸਮਿਲ੍ਲਾ। ਅੱਛਾ ਜੀ, ਖਾਣਾ ਮਾਸ਼ਾਅੱਲਾ ਲੱਗ ਚੁੱਕਿਆ ਹੈਗਾ, ਹਰ ਬੰਦਾ ਮਸਰੂਫ ਹੈਗਾ ਖਾਣੇ ਦੇ ਵਿੱਚ। ਹਾਈ ਸਾਹਿਬ, ਹੋ ਜਾਓ, ਸ਼ੁਰੂ ਹੋ ਜਾਓ, ਫਿਰ ਦੂਜੀ ਪਲੇਟ ਆ ਜਾਵੇ, ਬੋਤਲਾਂ ਵੀ ਆ ਗਈਆਂ। ਉੱਧਰ ਹੈਗਾ ਨਮਕੀਨ ਚਾਵਲ, ਹੈਗੇ ਮਿੱਠੇ ਚਾਵਲ। ਅੱਛਾ ਜੀ, ਮਾਸ਼ਾਅੱਲਾ, ਚਾਵਲ, ਨਮਕੀਨ, ਪੱਟੇ ਦਾ ਗੋਸ਼ਤ, ਮਿੱਠੇ ਚਾਵਲ, ਬੋਤਲਾਂ ਪਈਆਂ ਹੋਈਆਂ, ਮਿੱਠੇ ਹੱਸਣ ਦਈਆਂ, ਨਮਕੀਨ ਚਾਵਲ, ਗੋਸ਼ਤ, ਕੱਟੇ ਦਾ ਨਾਨ, ਬੋਤਲਾਂ, ਹਾਂਜੀ ਮਾਸ਼ਾਅੱਲਾ ਸਾਰੇ ਦੇਖੀ ਦਾ। ਹਾਂਜੀ, ਅੰਮੀ ਦਾ ਮੈਂ ਕੈਮਰਾਮੈਨ ਮੈਂ ਬਣੀ ਸੀ ਅੰਮੀ ਦੀ। ਅਸਲਾਮ ਵਾਲੇਕੁਮ। ਅੱਛਾ ਜੀ, ਮਾਸ਼ਾਅੱਲਾ, ਅਸੀਂ ਲੀਮਾ ਖਾ ਕੇ ਆ ਚੁੱਕੇ ਹਾਂ, ਲੀਮਾ ਖਾ ਕੇ ਅਸੀਂ ਆ ਚੁੱਕੇ ਹਾਂ, ਅਤੇ ਜਿਸ ਤਰ੍ਹਾਂ ਸਾਰੇ ਮਹਿਮਾਨ ਜਿਹੜੇ ਉਹ ਵੀ ਆਪਣੇ ਆਪਣੇ ਘਰਾਂ ਨੂੰ ਚਲੇ ਗਏ, ਅਤੇ ਇਹ ਸੀ ਸਾਡੀ ਅੱਜ ਦੀ ਵੀਡੀਓ। ਅਗਰ ਜੇ ਮੇਰੇ ਭੈਣ ਭਾਈਆਂ ਨੂੰ ਪਸੰਦ ਆਈ ਹੋਵੇ
ਅਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਬੋਕਸ ਸਾਨੂੰ ਜ਼ਰੂਰ ਦੱਸੀ ਆਪਣੀਆਂ ਦੁਆਵਾਂ ਸਨ ਬੋਏ ਯਾਦ ਰੱਖੀਓ। ਅਸੀਂ ਵੀ ਆਪਣੇ ਭੈਣ ਭਾਈਆਂ ਨੂੰ ਹਰ ਟਾਈਮ ਯਾਦ ਰੱਖਦੇ ਹਾਂ, ਆਪਾਂ ਮੇਰੇ ਭੈਣ ਭਾਈਆਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਬਿਮਾਰੀ ਸ਼ਿਫਾ ਦੇਵੇ, ਜਿਹੜਾ ਬੇਰੁਜ਼ਗਾਰ ਅੱਲਾ ਤਾਲਾ ਰੋਜ਼ ਦੱਸੀ ਕਰਦੇ, ਜਿਹੜਾ ਦੁਲਾ ਦਾ ਤਲੀ ਗੁਰ ਸਾਰੀ ਅੱਲਾ ਦੇਵੇ, ਜਿਹੜਾ ਬਿਮਾਰ ਅੱਲਾ ਤਾਲਾ ਕਾਮਲੇ ਸ਼ਿਫਾ ਦੇਵੇ, ਅਤੇ ਸਭ ਨੂੰ ਰਿਜ਼ਕ ਹਿਲਾ ਦੇਵੇ। ਆਮੀਨ ਆਮੀਨ ਸੁਮਾਮੀ। ਤਮਾਮ ਮੇਰੀ ਯੂਟਿਊਬ ਫੈਮਿਲੀ ਨੂੰ ਜਿਹੜੀ ਦੇਖਦੀ ਹੈ, ਉਹਨਾਂ ਦਾ ਦਿਲ ਤੋਂ ਸ਼ੁਕਰੀਆ, ਜਿਹੜੀਆਂ ਮੇਰੀਆਂ ਭੈਣਾਂ ਮੇਰੇ ਨਾਲ ਸਪੋਰਟ 'ਚ ਖੜੀਆਂ ਵਾ, ਅੱਲਾ ਪਾਕ ਉਹਨਾਂ ਦੇ ਕਾਰੋਬਾਰ 'ਚ ਮਾਲਦਿਆਂ ਇਜ਼ਾਫਾ ਕਰੇ। ਜਿਹੜੀਆਂ ਮੇਰੀਆਂ ਭੈਣਾਂ ਮੇਰੀ ਪੂਰੀ ਵੀਡੀਓ ਦੇਖਦੀਆਂ ਵਾ, ਅੱਲਾ ਤਾਲਾ ਉਹਨਾਂ ਨੂੰ ਵੀ ਤੰਦਰੁਸਤੀ ਸਿਹਤ ਦੇਵੇ, ਉਹਨਾਂ ਦੇ ਬੱਚਿਆਂ ਨੂੰ ਵੀ ਨੇਕ ਬਣਾਵੇ, ਮਾਂ ਬਾਪ ਦੇ ਪਰਮੋ ਦਾ ਬਣਾਵੇ। ਅਤੇ ਅੱਲਾ ਤਾਲਾ ਤਮਾਮ ਮੇਰੀ ਯੂਟਿਊਬ ਫੈਮਿਲੀ ਜਿੰਨੀ ਵੀ ਮੈਨੂੰ ਦੇਖਦੀ, ਜਿੰਨੀ ਮੈਨੂੰ ਪਿਆਰ ਮੁਹੱਬਤ ਕਰਦੀ, ਮੇਰੀਆਂ ਧੀਆਂ ਭੈਣਾਂ ਅੱਲਾ ਤਾਲਾ ਜਿਹੜੀਆਂ ਬੈਠੀਆਂ ਵਾਂ, ਜਿਹਨਾਂ ਸ਼ਾਦੀਆਂ ਹੋਣ ਵਾਲੀਆਂ, ਅੱਲਾ ਤਾਲਾ ਉਹਨਾਂ ਦੇ ਨੇਕ ਰਿਸੀਵ ਕਰੇ, ਅਤੇ ਅੱਲਾ ਤਾਲਾ ਨੇਕ ਜ਼ਿੰਦਗੀ ਵਿੱਚ ਉਹਨਾਂ ਦੀ ਜ਼ਿੰਦਗੀ ਦਾ ਸਾਥੀ ਅੱਛਾ ਆਵੇ, ਅਤੇ ਜ਼ਿੰਦਗੀ ਮੇਰੇ ਭੈਣ ਵਰਗੀ ਸੋਹਣੀ ਨਿਭ ਜਾਂਦੀ ਆ। ਅਤੇ ਐ ਦੁੱਲੇ ਦੁੱਲਣ ਨੂੰ ਵੀ ਅੱਲਾ ਤਾਲਾ ਸਲੂਕ ਦੇਵੇ, ਇਤਫਾਕ ਦੇਵੇ, ਅਤੇ ਖੁਸ਼ ਰਹਿਣ, ਸ਼ਾਦੋਬਾਦ ਰਹਿਣ ਆਪਣੇ ਘਰ, ਅਤੇ ਅੱਲਾ ਤਾਲਾ ਨੂੰ ਇੰਨਾ ਕੁ ਸਲੂਕ ਦੇਵੇ, ਰਿਜ਼ਕ ਦੇਵੇ, ਅੱਲਾ ਤਾਲਾ ਰੱਖ ਰੱਖ ਭੁੱਲ ਸਾਡੀਆਂ ਹਮੇਸ਼ਾ ਦੁਆਵਾਂ ਇਹਨਾਂ ਨਾਲ ਹਰ ਖੁਸ਼ੀ ਪੂਰੀ ਕਰਕੇ ਚੱਲੇ ਹਾਂ, ਅਤੇ ਅੱਲਾ ਤਾਲਾ ਇੱਦਾਂ ਹੀ ਇਹਨਾਂ ਨੂੰ ਹੱਸਦਾ ਵੱਸਦਾ ਰੱਖੇ। ਅਤੇ ਫਿਰ ਮਿਲਾਂਗੇ ਨੈਕਸਟ ਵੀਡੀਓ ਵਿੱਚ, ਸਾਨੂੰ ਇਜਾਜ਼ਤ, ਅੱਲਾ ਹਾਫਿਜ਼।